ਉੱਥੇ ਮਾਤਾ 'ਤੇ ਕੀਤਾ ਗਿਆ ਜੀ, ਉੱਥੇ ਮੱਥਾ ਟੇਕਣ ਗਏ ਸੀ, ਉੱਥੇ ਜਿੱਦ ਬਹਿਸ ਹੋ ਗਈ ਹੋਣੀ ਮੁੰਡੇ ਨਾਲ, ਉੱਥੇ ਲੜ ਪਏ ਹੋਣੇ, ਫਿਰ ਉਹਦੇ ਕਰਕੇ ਉਹ ਉਹਨਾਂ ਲਵੇ ਹਥਿਆਰ ਸੀ, ਇਹਨਾਂ ਲਵੇ ਕੁਛ ਹੈ ਨਹੀਂ ਸੀ, ਖਾਲੀ ਹੱਥ ਗਏ ਦੇ ਤਾ ਮੱਥਾ ਟੇਕਾਂ, ਉੱਥੇ ਉਹਨਾਂ ਨੇ ਕਰਚਾਂ ਕੁਰਚਾਂ ਮਾਰੀਆਂ, ਇਹਨਾਂ ਦੇ ਸਿਰ ਸੁਰ ਪਾੜ ਤੇ ਇਹਨਾਂ ਦੇ। ਤੁਹਾਡੇ ਭਰਾ ਦੇ ਕਿੱਥੇ ਮਾਰੇ? ਸਾਡੇ ਭਰਾ ਦੀ ਪਿੱਛੋਂ ਦੀ ਮਾਰੀ ਕਰਚ ਦਿਲ ਵਿੱਚ ਹੀ ਕੱਟਤੀ ਸੀ ਮੂਹਰੇ। ਬਾਕੀ ਇੱਥੇ ਢਿੱਡ ਢੁੱਡ ਤੇ ਮਰੀ ਹੋਈਆਂ ਨੇ ਕਰਚਾਂ ਕੁਰਚਾਂ ਜੀ, ਉਹ ਠੀਕ ਨੇ। ਹਾਂ, ਇੱਕ ਬਾਂਹ ਤੇ ਉਹਦੇ ਕਰਚੇ। ਤੁਹਾਡਾ ਭਰਾ ਕੀ ਕੰਮ ਕਰਦਾ ਸੀ? ਮੇਰਾ ਭਰਾ ਹੀ ਟਰੱਕ ਚਲਾਉਂਦਾ ਸੀ। ਉਹ ਕਿੰਨੇ ਜੀ, ਕਿੰਨੇ ਸੀ ਬੰਦੇ? ਉਹ ਦੋ ਤਿੰਨ ਸੀ। ਉਹ ਵੀ ਦੋ ਤਿੰਨ? ਹਾਂ ਜੀ। ਅੱਛਾ, ਅਤੇ ਕੰਮ ਇਹੀ ਚਲਾਉਂਦਾ ਸੀ, ਘਰ ਦਾ ਗੁਜ਼ਾਰਾ ਸੀ? ਹਾਂ ਜੀ, ਇਹੀ ਚਲਾਉਂਦਾ ਸੀ, ਘਰ ਦਾ ਗੁਜ਼ਾਰਾ ਵੀ। ਹੁਣ ਕੀ ਮੰਗ ਕਰਦੇ ਹੈ? ਕੀ ਮੰਗ ਕਰਦੇ ਤੁਸੀਂ? ਮੰਗ ਸਾਨੂੰ ਇਨਸਾਫ ਚਾਹੀਦਾ ਜੀ। ਕਿੰਨੇ ਕੁ ਸਾਲ ਦੀ ਉਮਰ ਸੀ? ਉਹਦੀ 20 ਸਾਲ ਦੀ ਏਜ ਸੀ। ਇਹ ਰਾਤੀ ਸਾਨੂੰ ਸਵੇਰੇ ਵੀ ਇੰਟੀਮੇਸ਼ਨ ਆਈ ਹੈ ਹੋਸਪਿਟਲ 'ਚੋਂ, ਇੱਕ ਕਰਨਵੀਰ ਸਿੰਘ ਨਾਂ ਦੇ ਪਿੰਡ ਬਖਤੜੇ ਤੋਂ ਮੁੰਡੇ ਦੇ ਮਰਡਰ ਹੋਇਆ, ਅਤੇ ਬਾਕੀ ਉਹਨਾਂ ਦੇ ਵਾਰਸ ਆਉਂਦੇ ਨੇ ਜੀ, ਉਹਨਾਂ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਕਤਲ ਦਾ ਕੀ ਕਾਰਨ ਹੈ ਜੀ? ਸਰ ਉਹ ਜੀ ਉੱਥੇ ਪਤਾ ਲੱਗੂਗਾ ਜੀ ਉਸ ਤੋਂ ਦਾ। ਕਾਹਦੇ ਨਾਲ ਮਾਰਿਆ ਜੀ? ਦੇਖੋ, ਸ਼ਾਰਪ ਐਜ ਲੱਗਦੀਆਂ ਜੀ ਕਿਸੇ, ਮਤਲਬ ਤਿੱਖੀ ਚੀਜ਼ ਨਾਲ, ਜਿਵੇਂ ਕੋਈ ਕਿਰਚ ਵਗੈਰਾ ਨਾਲ। ਡੈਥ ਕਰਨਵੀਰ ਦੀ ਮੌਕੇ 'ਤੇ ਹੋ ਗਈ ਸੀ? ਹਾਂਜੀ ਹਾਂਜੀ, ਬਰੋਡ ਡੈਡ ਲਿਆਂਦਾ ਹੋਇਆ ਇੱਥੇ ਹੋਸਪਿਟਲ 'ਚ, ਐਜ ਪਰ ਇੰਟੀਮੇਸ਼ਨ ਜੀ ਰਿਸੀਵਡ ਬਾਈ ਹੋਸਪਿਟਲ ਜੀ। ਇਹ ਇੱਥੇ ਕੀ ਕਰਨ ਆਇਆ ਸੀ ਕਰਨਵੀਰ? ਉੱਥੇ ਮੰਦਰ ਦੇ ਵਿੱਚ ਕਾਫੀ, ਮੇਲੇ ਦੇ ਵਿੱਚ ਕਾਫੀ ਆਵਾਜਾਈ ਹੈ ਜੀ, ਇਹ ਵੀ ਇਸੇ ਤਰੀਕੇ ਨਾਲ ਆਏ ਹੋਏ। ਬਾਕੀ ਅਸੀਂ ਪੜਤਾਲ ਕਰਾਂਗੇ, ਤਫਤੀਸ਼ ਕਰਾਂਗੇ, ਜੋ ਹੋਊਗੀ ਅਸੀਂ ਪੂਰੀ ਡੂੰਘਾਈ ਨਾਲ। ਸੀਗਾ ਕਰਨਵੀਰ ਦੇ ਨਾਲ ਕੌਣ ਕੌਣ ਸੀਗਾ ਜੀ? ਇਹ ਅਜੇ ਉਹਨਾਂ ਨੇ ਸਟੇਟਮੈਂਟ ਲਿਖਾਈ ਨਹੀਂ ਜੀ, ਅਸੀਂ ਪੂਰੀ ਉਹ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਫੁੱਲੀ ਬਰੀਫ ਕਰ ਦੂੰਗਾ। ਉਹ ਬੰਦੇ ਕਿੰਨੇ ਸੀ ਪਤਾ ਲੱਗਿਆ ਵੀ ਜਿਹੜੇ ਹਮਲਾ ਕਰਨ ਵਾਲੇ ਦੇ, ਜਿਹਨਾਂ ਨੇ ਮਾਰਿਆ? ਸਰ ਅਜੇ ਮਦਈ, ਅਜੇ ਸਾਡੇ ਨਾਲ ਅਜੇ ਉਹਨਾਂ ਨੇ ਸਟੇਟਮੈਂਟ ਵਗੈਰਾ ਨਹੀਂ ਲਿਖੇ, ਉਹਨਾਂ ਦੇ ਮੁਤਾਬਕ ਜੋ ਕਹਿਣਗੇ ਉਹਦੇ ਮੁਤਾਬਕ ਕਰਵੇ। ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਊਗਾ? ਉਹ ਵੀ ਜਦੋਂ ਮਰਡਰ ਹੈ ਸਰ, ਫਿਰ ਤਾਂ 302 ਹੀ ਹੋਊਗੀ ਜੀ, ਬਾਕੀ ਬਿਆਨ ਲਿਖਾਉਣ ਤੋਂ ਬਾਅਦ ਹੀ ਸਪਸ਼ਟ ਹੋਊਗਾ ਜੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।